1849 ਦੇ ਵਿੱਚ ਸਿੱਖ ਰਾਜ ਦੇ ਪਤਨ ਤੋਂ ਬਾਅਦ ਸਾਕਾ ਨਨਕਾਣਾ ਵਾਪਰਿਆ, ਜਿਸ ਦੇ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਚੱਲਦੇ ਕੀਤੇ ਜਾ ਰਹੇ ਸੰਘਰਸ਼ ਦੇ ਵਿੱਚ ਗੁਰਦੁਆਰਿਆਂ ਉੱਤੇ ਕਾਬਜ ਮਹੰਤਾਂ ਨੇ ਤਕਰੀਬਨ 150 ਸਿੱਖਾਂ ਨੂੰ ਕਤਲ ਕਰ ਦਿੱਤਾ ਸੀ। ਇਸ ਸਾਕੇ ਨੂੰ ਦਰਸਾਉਂਦੀ ਫਿਲਮ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ 8 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਲੰਧਰ ਦੇ ਵਿੱਚ ਫਿਲਮ ਦੀ ਪ੍ਰਮੋਸ਼ਨ ਲਈ ਪਹੁੰਚੇ ਇਸ ਫਿਲਮ ਦੇ ਕਲਾਕਾਰਾਂ ਅਤੇ ਹਦਾਇਤਕਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਸ ਫਿਲਮ ਨੂੰ ਬਣਾਉਣ ਲਈ ਕਾਫ਼ੀ ਜ਼ਿਆਦਾ ਮਿਹਨਤ ਕਰਨੀ ਪਈ ਹੈ। ਇਸ ਤੋਂ ਇਲਾਵਾ ਹਦਾਇਤਕਾਰ ਜਗਮੀਤ ਸਮੁੰਦਰੀ ਨੇ ਦੱਸਿਆ ਹੈ ਕਿ ਇਹ ਫਿਲਮ ਸੰਸਾਰ ਭਰ ਦੇ ਵਿੱਚ 8 ਅਪ੍ਰੈਲ ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ਦੇ ਵਿੱਚ ਟੋਟਲ 5 ਸੌਂਗਸ ਨੇ, ਇੱਕ ਸ਼ਬਦ ਹੈ ਜੇ ਪੰਜਾਂ ਦੇ ਵਿੱਚੋਂ ਇੱਕ ਸ਼ਬਦ ਹੈ, ਇੱਕ ਪ੍ਰਮੋਸ਼ਨਲ ਟਰੈਕ ਔਰ 3 ਮੇਨ ਸਟੋਰੀ ਦੇ ਨਾਲ ਗਾਣੇ ਹੈ ਔਰ ਗਾਣੇ ਸਾਰੇ ਸਟੋਰੀ ਦੇ ਵਿੱਚ ਫਿਲਮ ਦੇ ਲਿੰਕ ਨੂੰ ਅੱਗੇ ਤੋਰਦੇ ਆ ਗਾਣੇ, ਮਤਲਬ ਇਹ ਨਹੀਂ ਹੈਗਾ ਵੀ ਗਾਣਾ ਆਏਗਾ ਤਾਂ ਫਿਲਮ ਸਟੋਰੀ ਨੂੰ ਬ੍ਰੇਕ ਲੱਗ ਜਾਏਗੀ, ਇਹ ਗਾਣੇ ਅੱਗੇ ਫਿਲਮ ਨੂੰ ਤੋਰਦੇ ਆ। ਇਹ ਫਿਲਮ ਵਰਲਡਵਾਈਡ 'ਚ ਜਿੰਨੇ ਮੈਕਸੀਮ ਜਿੱਥੇ ਪੰਜਾਬੀ, ਮੈਂ ਜਿੱਦਾਂ ਪਹਿਲੇ ਵੀ ਕਿਹਾ ਪੰਜਾਬੀ ਫਿਲਮ ਜਿੱਥੇ ਨਹੀਂ ਵੀ ਲੱਗੀ ਅੱਜ ਤੱਕ ਉੱਥੇ ਵੀ ਅਸੀਂ ਲਾਉਣ ਦੀ ਕੋਸ਼ਿਸ਼ ਕਰਾਂਗੇ ਔਰ ਮੈਕਸੀਮਮ ਸਕਰੀਨਸ 'ਤੇ ਇਹ ਵਰਲਡਵਾਈਡ ਇਹ ਫਿਲਮ ਲੱਗੇਗੀ। ਕੈਨੇਡਾ ਸਾਡਾ ਆਲਰੇਡੀ ਟਾਈਪ ਹੋ ਚੁੱਕਿਆ, ਇੰਗਲੈਂਡ ਸਾਡਾ ਹੋ ਚੁੱਕਿਆ, ਜਿੱਦਾਂ ਮੈਂ ਦੱਸਿਆ ਕੀਨੀਆ ਵੀ ਅਸੀਂ ਕਰ ਰਹੇ ਹਾਂ, ਇਨਫੈਕਟ ਤਨਜ਼ਾਨੀਆ ਸਾਡੀ ਕੋਸ਼ਿਸ਼, ਉੱਥੇ ਵੀ ਸਿੱਖ ਲੋਕ ਹੈਗੇ ਆ। ਜਿੱਥੇ ਜਿੱਥੇ ਸਾਡੀ ਪਹੁੰਚ ਹੋਏਗੀ ਅਸੀਂ ਡੈਫੀਨੇਟਲੀ ਇਸ ਫਿਲਮ ਨੂੰ ਰਿਲੀਜ਼ ਕਰਾਂਗੇ। ਹਾਂਗਕਾਂਗ ਵੀ ਕੋਸ਼ਿਸ਼ ਹੈ ਸਾਡੀ ਜਾਰੀ, ਪਾਕਿਸਤਾਨ ਜਿੱਦਾਂ ਭਾਈ ਸਾਹਿਬ ਨੇ ਗੱਲ ਕੀ ਉੱਥੇ ਵੀ ਕਰਾਂਗੇ ਅਸੀਂ। 90s ਦੇ ਵਿੱਚ ਇੱਕ ਫਿਲਮ ਮੈਂ ਕੀਤੀ ਸੀ ਘਾਇਲ, ਉਹਦੇ ਡਾਇਰੈਕਟਰ ਸੀ ਰਾਜਕੁਮਾਰ ਸੰਤੋਸ਼ੀ। ਉਹ ਉਸ ਫਿਲਮ ਦਾ A to Z ਸਭ ਕੁਝ ਕਲੀਅਰ ਸੀ ਉਹਨਾਂ ਦੇ। ਉਸ ਤੋਂ ਬਾਅਦ ਇੱਕ ਕਾਫੀ ਸਾਲਾਂ ਬਾਅਦ ਇਹ ਸਾਕਾ ਦੇ ਦੌਰਾਨ ਮੈਨੂੰ ਇੱਕ ਇਹੋ ਜਿਹਾ ਡਾਇਰੈਕਟਰ ਮਿਲਿਆ ਜਿਹੜਾ ਜਿਹਨੂੰ ਹਰ ਪੱਖ ਤੋਂ ਇਸ ਫਿਲਮ ਬਾਰੇ ਐਵਰੀਥਿੰਗ ਇਜ਼ ਕਲੀਅਰ, ਸਭ ਚੀਜ਼, ਇੱਕ ਇੱਕ ਸਿਲੇਬਲ, ਕਿੱਥੇ ਕੌਮਾ, ਕਿੱਥੇ ਫੁੱਲ ਸਟੋਪ ਪਾਉਣਾ, ਹਰ ਚੀਜ਼ ਕਲੀਅਰ। ਔਰ ਮੈਂ ਜਦੋਂ ਇਸ ਫਿਲਮ ਦੇ ਵਿੱਚ ਸ਼ਾਮਿਲ ਹੋਇਆ ਨਾਲ ਇਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਔਰ ਮੈਨੂੰ ਯਕੀਨ ਹੋ ਗਿਆ ਕਿ ਇੱਕ ਬਹੁਤ ਹੀ ਅੱਛਾ ਕਿਰਦਾਰ ਆ ਔਰ ਬਹੁਤ ਮਜ਼ਾ ਆਉਣ ਵਾਲਾ। ਸੋ ਸਲੋਲੀ ਆਈ ਡੈਡੀਕੇਟਿਡ ਮਾਈਸੈਲਫ ਫੁੱਲੀ, ਜਿਸ ਤਰ੍ਹਾਂ ਸਰੈਂਡਰ ਕਰ ਦਈਦਾ, ਮੈਨੂੰ ਨਹੀਂ ਪਤਾ ਮੈਂ ਕੀ ਕਰ ਰਿਹਾ, ਜੋ ਵੀ ਇਹ ਕਹਿੰਦੇ ਰਹੇ ਆ ਉਹ ਮੈਂ ਕਰਦਾ ਰਿਹਾ ਔਰ ਫੁੱਲੀ ਇੰਜੋਏ ਕੀਤਾ ਉਹਨੂੰ। ਮੈਂ ਇਸ ਫਿਲਮ 'ਚ ਨੰਦ ਕੌਰ ਦਾ ਕਿਰਦਾਰ ਨਿਭਾਇਆ, ਜੋ ਕਿ 1920 ਦੀ ਰਹਿਣ ਵਾਲੀ ਕੁੜੀ ਦਾ ਕਿਰਦਾਰ ਹੈਗਾ। ਅਤੇ ਇਹ ਕਹਾਣੀ ਜਿਹੜੀ ਹੈਗੀ ਹੈ ਸਾਡੀ ਫਿਲਮ ਦੀ, ਸਾਕਾ ਕਿੱਦਾਂ ਸ਼ਹੀਦ ਹੁੰਦੇ ਨੇ, ਅਤੇ ਮੈਂ ਵੀ ਇਸ ਫਿਲਮ 'ਚ ਜੋ ਕਿਰਦਾਰ ਨਿਭਾ ਰਹੀ ਹਾਂ ਉਹਦੀ ਕਹਾਣੀ ਇਹੋ ਜਿਹੀ ਹੈ ਕਿ ਉਹ ਕਿੱਦਾਂ ਸ਼ਹੀਦ ਹੋਈ, ਕਿਸ ਕਾਰਨ ਹੋਈ। ਸੋ ਮੈਂ ਨੰਦ ਕੌਰ ਦਾ ਕਿਰਦਾਰ ਨਿਭਾਇਆ ਇਸ ਫਿਲਮ।